ਨੇਹਾ ਸ਼ੌਰੀ ਜੋ ਬਹੁਤ ਦੁਖਦ ਘਟਨਾ ਹੋਈ ਸੀ ਉਹਨਾਂ ਦਾ ਮਰਡਰ ਹੋਇਆ ਥਾ ਉਹਦੇ ਵਿੱਚ ਕਿਉਂਕਿ ਇੱਕ ਮਾਡਲ ਕੋਡ ਆਫ ਕੰਡਕਟ ਵੀ ਇੱਕ ਐਂਗਲ ਸੀ ਇਹਦੇ ਵਿੱਚ ਅਸਲਾ ਲਾਇਸੈਂਸ ਹੈ 10 ਤਾਰੀਖ ਤੋਂ ਬਾਅਦ ਇਹਨਾਂ ਨੂੰ ਇਸ਼ੂ ਕੀਤੀ ਗਈ ਹੈ ਜਿਹੜੇ ਵੀ 3-4 ਲੋਕ ਇਹਦੇ ਵਿੱਚ ਸ਼ਾਮਿਲ ਹੈ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਵੀ ਹੋਊਗਾ ਔਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਬਣਦੇ ਹੋਏ ਕਾਰਵਾਈ ਕਰਾਂਗੇ कुंवर विजय प्रताप ਦਾ ਕੱਲ ਇਲੈਕਸ਼ਨ ਕਮਿਸ਼ਨ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ ਇਹ ਤਬਾਦਲਾ ਕਿਉਂ ਕੀਤਾ ਗਿਆ ਹੈ ਤੇ ਇਹਦੇ ਪਿੱਛੇ ਅਸਲ ਕਾਰਨ ਕੀ ਰਹੇ ਨੇ ਐਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਆ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕੇ ਰਾਜੂ ਨਾਲ ਗੱਲ ਕਰਦੇ ਆ ਡਾਕਟਰ ਸਾਹਿਬ ਕੁਮਰ ਵਿਜੇ ਪ੍ਰਤਾਪ ਦਾ ਤਬਾਦਲਾ ਹੋ ਜਾਂਦਾ ਹੈ ਅਕਾਲੀ ਦਲ ਵੱਲੋਂ ਅਲੀਗੇਸ਼ਨ ਲਗਾਏ ਜਾਂਦੇ ਹਨ ਤਾਂ ਉਸ ਤੋਂ ਬਾਅਦ ਕਾਂਗਰਸ ਵੱਲੋਂ ਵੀ ਤੁਹਾਡੇ ਤੇ ਇੱਕ ਰਿਪਰੈਜੈਂਟੇਸ਼ਨ ਦੇਣ ਆਂਦੀ ਹੈ ਕਿ ਜਾਣ ਬੁਝ ਕੇ ਅਕਾਲੀ ਦਲ ਇਸ ਅਫਸਰ ਦੇ ਖਿਲਾਫ तबादले तो की मांग कर रही है लेकिन आखिरकार तबादला तो हो जाता है किस कारण उन्होंने तबादला तो किया गया इस मसले के आरोप प्रत्यारोप को दरकिनार करते हुए फैक्चुअल इशू यह है रिपोर्ट मांगा गया पुलिस महकमे से रिपोर्ट आ गया है इस महकमे से साडा दफ्तर से ईसीआई ने रिपोर्ट भेज दी गई है बादई ने फैसला किया और स्टेट गवर्नमेंट न कार्रवाई करने दता य इसमें फैक्चुअल इनफोरमे है तो ये कार्रवाई ईसीआई वालों की गई है ਆਬਵੀਅਸਲੀ ਸੀਐਸਡੀ ਅਥਾਰਟੀ ਤੇ ਕਿਸ ਸਿੱਕੇ ਦੀ ਰਿਪੋਰਟ ਉਹਨਾਂ ਦੇ ਖਿਲਾਫ ਦਿੱਤੀ ਗਈ ਸੀ ਕਿ ਜਿਸ ਦੇ ਉੱਤੇ ਨਵਾਂ ਵੱਡਾ ਕਦਮ ਚੱਕਣਾ ਪਿਆ کافی ਇੱਕਾਦੇ ਹਫਤੇ ਦੀ ਪਹਿਲੇ ਉਸ ਸਮੇਂ ਤੁਹਾਨੂੰ ਵੀ ਮੈਂ ਦੱਸਿਆ ਸੀ ਰਿਪੋਰਟ ਦੇ ਬਾਰੇ ਵਿੱਚ ਇੱਕਾਦੇ ਹਫਤੇ ਦੀ ਪਹਿਲੇ ਇਸ਼ੂ ਥਿਆ ਸਰ ਇਸ ਤੋਂ ਇਲਾਵਾ ਇੱਕ ਤੁਸੀਂ ਇੱਕ ਰਿਪੋਰਟ ਮੰਗੀ ਸੀਗੀ ਨੀਹਾ ਸ਼ੁਰੀ ਕਤਲ ਮਾਮਲੇ ਦੇ ਵਿੱਚ ਡੀਸੀਸ ਤੋਂ ਪੂਰੀ ਡਿਟੇਲ ਰਿਪੋਰਟ ਮੰਗੀ ਸੀਗਾ ਕਿ ਹਥਿਆਰ ਕਿਵੇਂ ਕੋਡ ਆਫ ਕਟਕ ਲਾਗੂ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਉਹ ਕੀ ਰਿਪੋਰਟ ਤੁਹਾਡੇ ਕੋਲ ਪਹੁੰਚ ਚੁੱਕੀ ਹੈ हां यस नेहा शौरी जो बहुत दुखद घटना हुई थी उनका मर्डर मर्डर हुआ था उदे विच चोंकी एक मॉडल कोड ऑफ कंडक्ट भी एक एंगल सी इदे विच चोंकी असली लाइसेंस है 10 तारीख तो बाद नानू इशू कित्ती गए है उस पूरा कागज नु छानबीन कित्ती गए है फाइल छानबीन कित्ती गए है और इदे विच ए सामने आए है रिपोर्ट दे विच डीसी वल्लो 8 तारीख नु इस फाइल दे विच अपना अप्रूवल दे ਦਿੱਤਾ ਦੇ ਦੇਣ ਤੋਂ ਬਾਅਦ ਫਿਰ ਕੋਡ ਆਫ ਕੰਡਕਟ ਲਾਗੂ ਹੋ ਗਿਆ 10 ਤਾਰੀਖ ਨੂੰ ਜਿਹੜੇ ਵੀ ਦਫਤਰ ਦੇ ਵਿੱਚ ਕਰਮਚਾਰੀ ਹੈ ਜਿਹੜੇ ਵੀ ਟੀਮ ਹੈ ਇਹ ਉਹਨਾਂ ਦਾ ਟੀਮ ਹੈ ਜੋ ਐਲਪੀਏ ਜੋ ਸੈਕਸ਼ਨ ਹੈ ਉਸ ਟੀਮ ਵੱਲੋਂ ਫਿਰ ਇੱਕ ਵਾਰ ਪੁੱਛਣਾ ਸੀ ਹੁਣ ਮੋਡਲ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੁਣ ਕੀ ਕਰੇ لیکن ہو سکتا ہے اوورلوک کر لیا ہے وہ کرمچاری والوں پھر اسلا جاری کر دیتے گئے ہیں اسلا کا تو 12 تاریخ ਨੂੰ ਜਾਰੀ ਹੋਇਆ ਸੀਗਾ ਬਲਵਿੰਦਰ ਇਹ 11 تاریخ ਨੂੰ ਹੈ 11 تاریخ ਨੂੰ اپلوڈ ਕੀਤੀ ਗਈ बेसिकली ਕੀ ਹੈ ਇਹਦੇ ਵਿੱਚ ਇੱਕ ਪ੍ਰੋਸੀਜਰ ਹੈ ஆன்ਲਾਈਨ ਪ੍ਰੋਸੀਜਰ ਹੈ ਇਹ ਕ્યારે ਸ਼ੁਰੂ ਹੋਆ ਸੀ ਐਂਟਾਇਰ اسਲਾ ਦੀ ਪਰਮਿਸ਼ਨ ਦੀ جنوری ਦੇ ਵਿੱਚ ਇਹ ਫਾਈਲ چلنا ਸ਼ੁਰੂ ਹੋ ਗਿਆ ਇਹ ਡਟੈਂਡ ਅਪਰੂਵਲ 스테ਜ 8 تاریخ ਨੂੰ ਹੈ 8 مارچ ਨੂੰ क्योंकि उस दिन कोड ऑफ कंडक्ट नहीं सी। लेकिन बाद जो सैक्शन के इस मसला थोड़ा हल्का सा ये नज़रअंदाज की गई है अप्रूवल लेना चाहिए था फिर डीसी कोल जाना चाहिए था एंटायर एल पी डिपार्टमेंट जेडे भी है डीसी सी को जाके फिर अप्रूवल लेना सी वेदर जिसको अपलोड करे ना करे उस हद तक इसमें नियम का मॉडल कोड ऑफ कंडक्ट का वायलेशन हुई सी जेडे भी तीन चार लोग ये शामिल हैं ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਵੀ ਹੋਊਗਾ ਔਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਬਣਦੇ ਹੋਏ ਕਾਰਵਾਈ ਕਰਨਾ ਕਰਾਂਗੇ ਡਾਕਟਰ ਸਾਹਿਬ ਇਸ ਤੋਂ ਲਾਵਾ ਵੀ ਸੂਬੇ ਚ ਕਿਸੇ ਹੋਰ ਜ਼ਿਲ੍ਹੇ ਚ ਜਿਹੜਾ ਕੋਡ ਆਫ ਕੰਡਕ ਲਾਗੂ ਹੋਣ ਤੋਂ ਬਾਅਦ ਹਥਿਆਰ ਜਾਰੀ ਕਿਤੇ ਕੋਈ ਕੋ ਛਤਰਾ ਦਾ ਕੋਈ ਇਸ ਤਰ੍ਹਾਂ ਦੇ ਜਿਹੜੇ ਵੀ ਚੁਨਕੀ ਇਹ ਇਸ ਤਰ੍ਹਾਂ ਦਾ ਰਿਪੋਰਟ ਜਦੋਂ ਸਾਡੇ ਕੋਲ ਆਈ ਸੀ 10 ਤਾਰੀਖ ਤੋਂ ਬਾਅਦ ਅਸਲਾ ਲਾਇਸੈਂਸ ਜਾਰੀ ਕਰਨ ਦੀ ਸੋ ਮੈਂ ਪੂਰਾ ਜ਼ਿਲ੍ਹਾ ਵਾਲਾ ਬਾਇਸ ਜ਼ਿਲ੍ਹਾ ਵਾਲਾ ਰਿਪੋਰਟ ਮੰਗਿਆ ਸੀ ਇਹਦੇ ਵਿੱਚ ਚਾਰ ਜ਼ਿਲ੍ਹੇ ਹਨ ਜਿੱਥੇ ਅਸਲਾ ਜਾਰੀ ਕਰਨ ਦੀ ਮਸਲਾ ਸਾਹਮਣੇ ਆਇਆ ਸੀ ਉੱਤੇ ਡੀਸੀ ਨੂੰ ਵੀ ਮਨੇ ਕਾਰਵਾਈ ਲਈ ਬੇਦੀਤਾ ਆਲਰੇਡੀ ਕਿਹੜੇ ਕਿਹੜੇ ਜ਼ਿਲ੍ਹੇ ਰੋਪੜ ਤੋਂ ਇਲਾਵਾ ਹਾਂ ਰੋਪੜ ਹੈ ਜਲੰਧਰ ਹੈ ਫਾਜ਼ਿਲਕਾ ਹੈ ਹਰ ਇੱਕ ਜ਼ਿਲ੍ਹਾ ਹੈ ਚਾਰ ਜ਼ਿਲ੍ਹਾ ਹੈ ਇਸ ਵਿੱਚ ਕਾਰਵਾਈ ਕਰਨ ਲਈ ਮੈਨੇ ਡੀਸੀ ਨੂੰ ਆਲਰੇਡੀ ਹਦਾਇਤ ਕਰ ਚੁੱਕੇ ਹਾਂ ਤੇ ਕਿਸ ਤਿਕੇ ਦੀ ਕਾਰਵਾਈ ਜਿਹੜੀ ਤੁਸੀਂ ਦੱਸੀ ਹਾਲਾਂਕਿ ਕਿ ਡਿਪਾਰਟਮੈਂਟਲ ਜਿਹੜੀ ਇਨਕੁਆਇਰੀ ਤੇ ਜਿਹੜੀ ਬੰਦੀ ਕਾਰਵਾਈ ਹੋਈਗੀ ਉਹ ਕਿਸ ਤਿਕੇ ਦੀ ਕਾਰਵਾਈ ਇਹ ਦੇਖਣਾ ਐਡਮਿਨਿਸਟ੍ਰੇਟਿਵ ਲੈਪਸਸ ਹੈ ਬੇਸਿਕਲੀ ਥੀਸ ਆਰ ਐਡਮਿਨਿਸਟ੍ਰੇਟਿਵ ਲੈਪਸਸ ਮਾਡਲ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਅਸਲਾ ਜਾਰੀ ਨਹੀਂ ਕਰਨਾ ਚਾਹੀਦਾ ਕਿਉਂਕਿ ਅਪਰੂਵ ਲੈ ਕੇ ਕਰਨਾ ਚਾਹੀਦਾ ਅਗਰ ਕਰਨਾ ਹੈ ਅਪਰੂਵ ਅਥਾਰਟੀ ਉਹ ਫਿਰ ਉਹਨਾਂ ਨੂੰ ਦੱਸੇਗਾ ਕਿਉਂਕਿ ਮਾਡਲ ਕੋਡ ਆਫ ਕੰਡਕਟ ਲੱਗ ਗਿਆ ਹੋਇਆ ਹੈ ਹੁਣ ਜਾਰੀ ਨਾ ਕਰ ਲੇਕਿਨ ਜਿਹੜੇ ਵੀ ਸੈਕਸ਼ਨ ਹੈ ਉਹਨਾਂ ਨੂੰ ਇਸ ਚੀਜ਼ ਨੂੰ ਨਜ਼ਰਅੰਦਾਜ਼ ਐਡਮਿਨਿਸਟ੍ਰੇਟਿਵਲੀ ਕੀਤਾ ਸੋ ਐਡਮਿਨਿਸਟ੍ਰੇਟਿਵ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਫਿਰ ਆਪਣਾ ਮਾਡਲ ਕੋਡ ਆਫ ਕੰਡਕਟ ਵੀ ਹੈ ਔਰ ਸਾਥੀ-ਸਾਥ ਕਿਉਂਕਿ ਅਫਸਰਸ ਦੇ ਜੋ ਆਰਡਰਸ ਦਾ ਠੀਕ ਤਰੀਕਾ ਪਾਲਣਾ ਨਹੀਂ ਕੀਤਾ ਇਹ ਸਭੀ ਚੀਜ਼ ਉਸ ਦੇ ਵਿੱਚ ਬਣਦਾ ਸਰੀ ਕਿਸ ਤੋਂ ਇਲਾਵਾ ਇੱਕ ਬਠਿੰਡਾ ਦੇ ਇੱਕ ਡੀਐਸਪੀ ਦਾ ਮਾਮਲਾ ਵੀ ਸਾਹਮਣੇ ਆਇਆ ਜਿੱਥੇ ਉਹ ਸੁਖਵੀਰ ਬਾਦਲ ਦੇ ਪੈਰ ਹੀ ਹੱਥੀ ਪੈ ਰਿਹਾ ਹੈ ਉਸ ਮਾਮਲੇ ਦੇ ਵਿੱਚ ਵੀ ਕੋਈ ਕਾਰਵਾਈ ਬੰਦੀ ਹਾਂ ਇਹ ਕੱਲ ਦਾ ਘਟਨਾ ਸੀ ਕੱਲ ਅਖਬਾਰ ਦੇ ਵਿੱਚ ਆਇਆ ਸੀ ਤੁਰੰਤ ਮੈਨੇ ਪੁਲਿਸ ਅਥਾਰਟिटीज ਵੱਲੋਂ ਰਿਪੋਰਟ ਮੰਗਿਆ ਹੈ ਰਿਪੋਰਟ ਵੀ ਆ ਗਿਆ ਹੈ ਕਿਉਂਕਿ ਪ੍ਰੇਮਾਫੇਸੀ ਦੇ ਵਿੱਚ ਹਰ ਚੀਜ਼ ਸਾਬਿਤ ਹੋ ਰਿਹਾ ਹੈ ਕਾਰਵਾਈ ਕੇ ਲਈ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਆਲਰੇਡੀ ਪੇ ਦਿੱਤਾ ਤੇ ਇੱਕ ਫਰੀਦਕੋਟ ਦੇ ਵੀ ਇੱਕ ਮਾਮਲਾ ਤੁਹਾਡੇ ਕੋਲ ਸਾਹਮਣੇ ਹੈ ਉਹਦੇ ਵਿੱਚ ਕੀ ਕਾਰਵਾਈ ਹੈਗੀ ਉਹ ਕੀ ਮਾਮਲਾ मामला नहीं ये आर वो दशू है उन्होंने नेटिव डिस्ट्रिक्ट एंड नेटिव स्वन जिते भी काम कर रहा है इस दे एडमिनिस्ट्रेटिव इशू है इसमें असी व्यू ले रहे एक आध दिन दे कलैरिट हो जाएगा ਤਲਵਨ ਸਟੇਨਿੰਗ ਸਨ ਜਕਰਨ ਬਿਲਕੁਲ ਇਸੇ ਕੀ ਸੀਓ ਡਾਕਟਰ ਐਸ ਕੇ ਰਾਜੂ ਜਿਨ੍ਹਾਂ ਵੱਲੋਂ ਸਾਫ਼ ਦੱਸਿਆ ਗਿਆ ਹੈ ਕਿ ਇਹ ਜਿਹੜੇ ਹਥਿਆਰ ਕੋਡ ਆਫ ਕੰਡਲ ਲਾਗੂ ਹੋਣ ਤੋਂ ਬਾਅਦ ਜਾਰੀ ਹੋਏ ਸੀ ਇਹ ਚਾਰ ਜ਼ਿਲ੍ਹਿਆਂ ਦੇ ਵਿੱਚ ਹੋਏ ਸੀ ਤੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਇਸ ਤੋਂ ਇਲਾਵਾ ਜਿਹੜਾ ਆਈਜੀ ਕੁਵਰ ਵਿਜੇ ਪ੍ਰਤਾਪ ਦਾ ਤਬਾਦਲਾ ਆ ਉਹਦੇ ਵਿੱਚ ਪੰਜਾਬ ਚੋਂ ਨਯੁਕਤ ਦੀ ਕੋਈ ਸਿਫਾਰਿਸ਼ ਨਹੀਂ ਬਲਕਿ ਈਸੀਆਈ ਵੱਲੋਂ ਹੀ ਜਿਹੜੀ ਕਾਰਵਾਈ ਹੈ ਉਹ ਬੰਦੀ ਕਾਰਵਾਈ ਉਹ ਕੀਤੀ ਗਈ ਹੈ ਚੰਡੀਗੜ੍ਹ ਤੋਂ ਕੈਮਰੇ ਮੈਂ ਪ੍ਰਵੀਨ ਬਾਂਡੇ ਦੇ ਨਾਲ ਅਲੰਕੁਸ਼ ਮਹਾਜਨ ਦੈਨਿਕ ਸਵੇਰਾ ਟੀਵੀ ਜੇਕਰ ਤੁਹਾਡੇ ਆਸ-ਪਾਸ ਹੋ ਰਹੀ ਹੈ ਚੋਣ ਜਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵਾਪ ਟਿਕਣਾ ਤਾਂ ਚੱਕੋ ਵੋਇਲ ਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ ਤੇ ਦਿਓ ਪੂਰੀ ਜਾਣਕਾਰੀ ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਨਿਸ਼ਚਿਤ ਕਰੇਗਾ ਤੁਹਾਡੀ ਹਰ ਸਮੱਸਿਆ ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ YouTube ਚੈਨਲ ਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ Facebook ਪੇਜ ਪੇਜ ਨੂੰ ਲਾਈਕ ਕਰਨ ਦੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ ਚ ਦਿੱਤੇ ਲਿੰਕ ਤੇ ਕਰੋ ਕਲਿੱਕ ਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ